ਪਟਿਆਲਾ ਦੇ ਪਿੰਡ ਗੰਡਾ ਖੇੜੀਆਂ ਤੋਂ ਲਾਪਤਾ ਹੋਏ ਦੋ ਸਕੇ ਭਰਾਵਾਂ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਸੂਚਨਾ ਦੇਣ ਵਾਲੇ ਨੂੰ ਇਨਾਮੀ ਰਾਸ਼ੀ ਦੇਣ ਦੇ ਐਲਾਨ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨੇ, ਜਿਸ ਕਰਕੇ ਕਈ ਸਵਾਲ ਖੜੇ ਹੋ ਰਹੇ ਨੇ। ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ। ਦਰਅਸਲ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਪੇਚੀਦਾ ਹੁੰਦਾ ਨਜ਼ਰ ਆ ਰਿਹਾ। ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਲਾਪਤਾ ਬੱਚਿਆਂ ਦਾ ਪਿਤਾ ਦੀਦਾਰ ਸਿੰਘ ਕਰੀਬ 9:30 ਵਜੇ ਆਰਾਮ ਨਾਲ ਇੱਕ ਢਾਬੇ 'ਤੇ ਬੈਠ ਕੇ ਖਾਣਾ ਖਾ ਰਿਹਾ, ਜਦਕਿ ਕਿਹਾ ਜਾ ਰਿਹਾ ਕਿ ਪਿਤਾ ਨੇ ਆਪਣੇ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਕਰੀਬ 8:30 ਵਜੇ ਲਿਖਾਈ ਸੀ। ਪਿਛਲੇ ਦਿਨੇ ਵੀ ਨਹਿਰ 'ਚ ਮਿਲੀ ਇੱਕ ਬੱਚੇ ਦੀ ਲਾਸ਼ ਤੋਂ ਬਾਅਦ ਜਦੋਂ ਪਿਤਾ ਨੂੰ DNA ਟੈਸਟ ਕਰਵਾਉਣ ਨੂੰ ਕਿਹਾ ਗਿਆ ਤਾਂ ਉਸਨੇ ਮਨਾ ਕਰ ਦਿੱਤਾ ਸੀ, ਤੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਲਾਸ਼ ਉਹਨਾਂ ਦੇ ਬੱਚੇ ਦੀ ਨਹੀਂ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਇੱਕ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਵੱਲੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਇਸ ਦੇ ਵਿੱਚ ਤਾਂ ਕੋਈ ਇੰਨੀ ਸਾਨੂੰ ਪ੍ਰੋਬਲਮ ਤਾਂ ਆ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਵੀ, ਹਾਂ ਵੀ ਆਹ ਜਿਹੜੀ ਉਹਨਾਂ DNA ਦੇਣ ਤੋਂ ਮਨਾ ਕੀਤਾ, ਪਰ ਪਰਿਵਾਰ ਜੋ ਲੱਗਦਾ ਵੀ ਇਸ ਵੇਲੇ ਕਾਫੀ ਦੁੱਖ 'ਚ ਹੈ। ਸ਼ਾਇਦ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਹਾਂ ਵੀ ਸ਼ਾਇਦ ਇਹ ਸਾਡੀ ਤਫਤੀਸ਼ ਦਾ ਹਿੱਸਾ ਹੈ, ਜੇ ਇਹ DNA ਟੈਸਟ ਹੋ ਜਾਂਦਾ ਤਾਂ ਸ਼ਾਇਦ ਇੱਕ ਤਫਤੀਸ਼ ਦਾ ਪੱਖ ਬੰਦ ਹੋ ਜਾਂਦਾ। ਅਸੀਂ ਇਹ ਅਰਦਾਸ ਕਰਦੇ ਹਾਂ ਵੀ ਇਹ ਬੱਚਾ ਜਿਹੜਾ ਹੋਵੇ ਉਹਨਾਂ ਦਾ ਨਾ ਹੋਵੇ, ਇਹ ਬੱਚੇ ਉਹਨਾਂ ਸਹੀ ਸਲਾਮਤ ਮਿਲਣ, ਸਾਫ ਮਤਲਬ ਇੱਕ ਸਿਹਤਮੰਦ ਜਿਵੇਂ ਗਏ ਸੀ ਉੱਦਾਂ ਹੀ ਘਰੇ ਮਿਲਣ। ਪਰ ਇੱਕ ਤਫਤੀਸ਼ ਦਾ ਅੰਗ ਹੈ, ਸ਼ਾਇਦ ਇਹ ਖਤਮ ਹੋ ਜਾਂਦਾ ਜੇ ਉਹ DNA ਟੈਸਟ ਲਈ ਹਾਂ ਕਰ ਦਿੰਦੇ। ਪਰ ਅਸੀਂ ਫਿਰ ਵੀ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਹਾਂ ਵੀ ਠੀਕ ਆ, ਉਹਨਾਂ ਨੂੰ ਕਨਵਿੰਸ ਕਰ ਰਹੇ ਹਾਂ ਕਿਸੇ ਤਰੀਕੇ ਵੀ ਸ਼ਾਇਦ ਉਹ ਮੰਨ ਜਾਣ। ਅਸੀਂ ਬੋਡੀ ਹਾਲੇ ਪਹੁੰਚੀ ਰਖਵਾਈ ਹੋਈ ਹੈ ਅਤੇ ਇਸ ਇਸ਼ਤਿਹਾਰ ਵੀ ਦੇ ਰਹੇ ਹਾਂ, ਪਿੱਛੋਂ ਤੱਕ ਅਸੀਂ ਇਸ਼ਤਿਹਾਰ ਦਿੱਤੇ ਨੇ 5-6 ਦਿਨ ਤੋਂ, ਪਰ ਹਾਲੇ ਤੱਕ ਉਹਨੂੰ ਕੋਈ ਕਲੇਮ ਨਹੀਂ ਕਰ ਰਿਹਾ। ਜੋ ਇਹਦੀ ਹਾਈਟ ਜਾਂ ਉਹਦੀ ਬਿਲਡ ਉਸੇ ਨਦੀ 'ਚੋਂ ਮਿਲਣਾ, ਉਸ ਕਰਕੇ ਥੋੜ੍ਹਾ ਸਾਨੂੰ ਲੱਗ ਰਿਹਾ ਵੀ ਹਾਂ ਵੀ ਇਹਦਾ DNA ਟੈਸਟ। ਸਾਡੇ ਕੋਲ ਤਾਂ 11 ਵਜੇ ਇਨਫੋਰਮੇਸ਼ਨ ਪਹੁੰਚੀ ਹੈ, ਇਹ ਔਨ ਰਿਕਾਰਡ ਹੈ, ਕਿਉਂਕਿ 10:30 ਵਜੇ ਤਾਂ ਇਹਨਾਂ ਦੇ ਪਾਠੀ ਨੇ ਅਨਾਊਂਸਮੈਂਟ ਹੀ ਕਰਾਈ ਹੈ ਪਿੰਡ ਦੇ 'ਚ, ਫਿਰ ਬੱਚੇ ਨੂੰ ਲੱਭਦੇ ਰਹੇ ਨੇ। ਉਹਦੇ ਬਾਅਦ ਸਾਡੇ ਕੋਲ 11 ਵਜੇ ਆਇਆ, 11 ਵਜੇ ਆਪਣੀ ਤਫਤੀਸ਼ ਪੁਲਿਸ ਨੇ ਪੂਰੀ ਸ਼ੁਰੂ ਕਰਤੀ ਸੀਗੀ। ਮੈਂ ਵੀ ਮੌਕੇ 'ਤੇ ਪਹੁੰਚਿਆ, SHO ਘਨੌਰ ਵੀ ਪਹੁੰਚਿਆ, ਅਤੇ ਰਾਤ ਨੂੰ ਸਾਰੀਆਂ ਚੈਕਿੰਗ ਹੋਈਆਂ। ਉਹ ਚੈਕਿੰਗਾਂ ਦੇ ਬਦਲੇ FIR ਵੀ ਰਾਤ ਨੂੰ ਹੀ ਕੱਟ ਕੇ ਸਵੇਰੇ 4 ਵਜੇ ਤੱਕ ਇਹਨਾਂ ਦੇ ਹੱਥ 'ਚ ਦੇ ਦਿੱਤੀ ਗਈ, ਜੋ ਕਿ ਘੱਟੋ ਘੱਟ 2 ਘੰਟੇ FIR ਕੱਟਣ ਅਤੇ ਫਰੀਜ਼ ਕਰਨ 'ਤੇ ਲੱਗਦੇ ਨੇ। 4 ਵਜੇ ਇਹਨਾਂ ਨੂੰ FIR ਦੀ ਕਾਪੀ ਵੀ ਮਿਲ ਜਾਂਦੀ ਹੈ। ਚਲੋ ਉਹ ਤਫਤੀਸ਼ ਦੇ ਜੋ ਕੋਈ ਪਰਿਵਾਰ ਦੁੱਖ 'ਚ ਹੈ, ਇਲਜ਼ਾਮ ਵੀ ਲਾ ਸਕਦਾ, ਗੁੱਸਾ ਵੀ ਕਰ ਸਕਦਾ, ਇਸ ਵੇਲੇ ਅਸੀਂ ਉਹਨੂੰ ਕੁਛ ਨਹੀਂ ਕਹਿ ਸਕਦੇ। ਬਟ ਸਾਡੀ ਜੋ ਕੋਸ਼ਿਸ਼ ਹੈ ਪਰਿਵਾਰ ਦੇ ਬੱਚੇ ਵਾਪਸ ਲੈ ਕੇ ਉਹਨਾਂ ਨੂੰ ਦੁਬਾਰਾ ਇੱਕ ਇਕੱਠਾ ਕਰਨ ਦੀ ਹੈ ਕੋਸ਼ਿਸ਼। ਜਿਹੜੀ CCTV ਤੁਸੀਂ ਦੇਖੀ ਉਹਦੇ ਵਿੱਚ ਦੇਖਿਆ ਜਾ ਰਿਹਾ ਵੀ ਕਿਸ ਤਰ੍ਹਾਂ ਦੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜੀ ਵਰਦੀ ਪਾਈ ਹੋਈ? ਮੈਂ ਥੋੜ੍ਹੀ ਅੱਜ ਹੀ ਮੇਰੇ ਕੋਲ ਸ਼ਾਇਦ ਸਾਹਮਣੇ ਆਈ ਹੈ ਮੇਰੇ ਕੋਲ ਵੀ ਹਾਂ ਵੀ ਜਿਹੜੀ ਉਹ CCTV ਫੁਟੇਜ ਬਲੂ ਕਲਰ ਦੀ ਟੀ ਸ਼ਰਟ ਜਿਹੀ ਦੀਦਾਰ ਨੇ ਪਾਈ ਹੈ। ਹਾਂਜੀ ਉਹ ਆਪਣੇ ਦੋਸਤਾਂ ਨਾਲ ਸੀਗਾ, ਉਹਨੇ ਕੋਈ ਪੁੱਛ ਗਿੱਛ ਵੀ ਦੱਸਿਆ ਨੇ ਵੀ ਉੱਥੇ ਦੋਸਤਾਂ ਨਾਲ ਸੀਗਾ ਉੱਥੇ, ਉਹ ਵੀ 9:30 ਵਜੇ ਤੱਕ ਉੱਥੇ ਸੀਗਾ। ਬਾਕੀ ਅਸੀਂ ਇਹਦਾ ਕੋਈ ਇੰਨਾ ਸਾਡੀ ਤਫਤੀਸ਼ ਨਾ, ਚਲੋ ਹੈ ਉਹ ਜਦੋਂ ਪਰਿਵਾਰ ਦੁੱਖ 'ਚ ਹੁੰਦਾ ਹੈ ਉਹ ਟਾਈਮ ਦਾ ਅੱਗੇ ਪਿੱਛੇ ਕਰ ਹੀ ਲੈਂਦਾ ਹੈ। ਵੀ ਜਿਹੜਾ ਗੰਡਾ ਖੇੜੀ ਵਾਲਾ ਜਿਹੜੇ ਬੜੀ ਮਨਭਾਗੀ ਘਟਨਾ ਹੈ, ਜਿਹਦੇ 'ਚ ਕਿ ਬੱਚੇ, 2 ਬੱਚੇ 11 ਸਾਲ ਅਤੇ 6 ਸਾਲ ਦਾ ਜਿਹੜੇ ਉਹ ਚਲੇ ਗਏ, ਅਤੇ ਉਹਦੇ ਵਿੱਚੋਂ ਅਸੀਂ ਟਰੇਸ ਕਰਨ ਲਈ ਮੈਨੂੰ ਲੱਗਦਾ ਜੋ ਬੈਸਟ ਐਫਰਟਸ DG ਪੰਜਾਬ ਇੱਥੇ ਆਏ, ADG ਲਾਅ ਐਂਡ ਆਰਡਰ ਆਏ, IG ਸਾਹਿਬ ਪਟਿਆਲਾ ਦੀ ਅਗਵਾਈ 'ਚ ਇੱਕ ਟੀਮ ਬਣੀ ਹੋਈ ਹੈ, ਜਿੰਨੇ ਵੀ ਐਫਰਟ ਹੋਣੇ ਹੈ ਉਹ ਕੀਤੇ ਗਏ ਆ, ਪਰ ਹੁਣ ਤੱਕ ਵੀ ਕੋਈ ਵੀ ਪਿੰਡ ਵਾਲਾ, ਐਡੀ ਵੱਡੀ ਵਸੋ ਵਾਲਾ ਪਿੰਡ ਵਾਲਾ ਬੰਦਾ ਕੋਈ ਸਾਬਤ ਨਹੀਂ ਕਰ ਸਕਿਆ ਕਿ ਬੱਚਿਆਂ ਨੂੰ ਕੋਈ ਲੈ ਕੇ ਗਿਆ। ਇਸ ਕਰਕੇ ਇਹਦੇ ਵਿੱਚ ਜਿਹੜੇ ਵਿੱਚ ਜਿੱਥੋਂ ਕੋਈ ਇਹ ਨਾ ਪਤਾ ਲੱਗੇ ਵੀ ਕੋਈ ਲੈ ਕੇ ਗਿਆ ਕਿ ਨਹੀਂ ਗਿਆ, ਅਤੇ ਉਸ ਕਰਕੇ ਪੁਲਿਸ ਵੱਖ ਵੱਖ ਤਰ੍ਹਾਂ ਦੀਆਂ ਥਿਊਰੀਜ਼ 'ਤੇ ਕੰਮ ਕਰ ਰਹੀ ਹੈ, ਜਿਵੇਂ ਕਿ ਫਿਰ ਨੇੜੇ ਕੋਈ 300 ਮੀਟਰ 'ਤੇ ਨਹਿਰ ਹੈ,
ਨਹਿਰ ਦੇ ਵਿੱਚ ਵੀ ਇੰਨੇ ਹਿਊਜ ਐਫਰਟਸ ਹੋਏ ਆ, ਜੇ ਐਫਰਟਸ ਨੂੰ ਕਾਊਂਟ ਕੀਤਾ ਜਾਵੇ ਨਰੇਗਾ ਵਰਕਰਸ ਤੋਂ ਲੈ ਕੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਪੁਲਿਸ ਮੁਲਾਜ਼ਮਾਂ ਤੋਂ ਲੈ ਕੇ ਕੋਈ ਘੱਟੋ ਘੱਟ 2 SP ਅਤੇ 5 DSP ਲਗਾਤਾਰ 11 ਦਿਨ ਤੋਂ ਦਿਨ ਰਾਤ ਉਸ ਏਰੀਏ 'ਚ ਕੈਂਪ ਕਰ ਰਹੇ ਆ, ਕਿਉਂਕਿ ਸਾਡੇ ਲਈ ਪ੍ਰਾਇਓਰਟੀ, ਪੰਜਾਬ ਪੁਲਿਸ ਲਈ ਪ੍ਰਾਇਓਰਟੀ ਛੋਟੇ ਬੱਚਿਆਂ ਦੀ ਉਹ ਜਾਨ ਹੈ। ਪਰ ਹਜੇ ਤੱਕ ਇਹ ਸਾਬਤ ਨਹੀਂ ਹੋ ਪਾਇਆ ਵੀ ਜਿਹਦੇ ਵਿੱਚੋਂ ਇਹ ਕਹਿ ਸਕੀਏ ਕੋਈ ਉਹਨਾਂ ਨੂੰ ਬਾਈ ਫੋਰਸਫੁਲੀ ਲੈ ਕੇ ਗਿਆ। ਇਸ ਕਰਕੇ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ, ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਇਸ ਗੱਲ ਨੂੰ, ਸਾਨੂੰ ਸਾਡੀ ਪ੍ਰਾਇਓਰਟੀ ਇਹ ਹੈ ਕਿ ਕੋਈ ਇਹ ਗੱਲ ਤਾਂ ਸਾਬਤ ਹੋ ਗਈ ਕੋਈ ਕਿਡਨੈਪ ਕਰਕੇ ਨਹੀਂ ਲੈ ਕੇ ਗਿਆ, ਕੋਈ ਰੈਨਸਮ ਕਾਲ ਨਹੀਂ, ਅਤੇ ਇਹ ਇੱਕ ਕਈ ਐਂਗਲ ਦਾ ਜਿਨ੍ਹਾਂ ਨੂੰ ਇਨਵੈਸਟੀਗੇਟ ਕਰ ਰਹੇ ਹਾਂ। ਇੱਕ ਮੌਂਕੀ ਆਇਆ ਸੀ ਪਿੰਡ ਦੇ ਵਿੱਚ, 25-30 ਬੱਚੇ ਉਹਦੇ ਮਗਰ ਮਗਰ ਭੱਜ ਕੇ ਨਹਿਰ ਤੱਕ ਵੀ ਗਿਆ ਮੌਂਕੀ। ਬਹੁਤ ਸਾਰੇ ਐਂਗਲ ਦਾ ਜਿਹੜੇ ਵੱਖ ਵੱਖ 8-10 ਥਿਊਰੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਵਰਕਆਊਟ ਕਰ ਰਹੇ ਹਾਂ, ਅਤੇ ਹੋਪਿੰਗ ਅਸੀਂ ਇਹਨੂੰ ਬੜੀ ਜਲਦੀ ਕਰੈਕ ਕਰ ਲਈਏ। CCTV ਫੁਟੇਜ ਦੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੁੱਖ ਵਿੱਚ ਹੈ ਅਤੇ ਕੀ ਪਤਾ ਉਹਨਾਂ ਨੇ ਸਮਾਂ ਅੱਗੇ ਪਿੱਛੇ ਦੱਸ ਦਿੱਤਾ ਹੋਵੇ। ਸੂਤਰਾਂ ਮੁਤਾਬਿਕ ਇਹ ਜੋ ਵੀਡੀਓ ਜਾਰੀ ਕੀਤੀ ਗਈ ਹੈ ਖੁਦ ਪੁਲਿਸ ਵੱਲੋਂ ਹੀ ਕੀਤੀ ਗਈ ਹੈ, ਪਰ ਹੁਣ ਵੇਖਣਾ ਹੋਵੇਗਾ ਕਿ ਇੰਨੇ ਦਿਨਾਂ ਤੋਂ ਲਾਪਤਾ ਬੱਚਿਆਂ ਬਾਰੇ ਕੀ ਜਲਦੀ ਕੋਈ ਸੁੱਖ ਸੁਨੇਹਾ ਆਵੇਗਾ ਜਾਂ ਫਿਰ ਕੋਈ ਹੋਰ ਹੀ ਸੱਚ ਨਿਕਲ ਕੇ ਸਾਹਮਣੇ ਆਵੇਗਾ। ਪਟਿਆਲਾ ਤੋਂ ਹਰਕਮਲ ਬਾਜਵਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।